ਤਾਂ ਹਾਂਜੀ ਸਵਾਗਤ ਹੈ ਜੀ ਪੰਜਾਬੀ ਜਿਮੀਦਾਰ YouTube ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ। ਪੰਜਾਬੀ ਜਿਮੀਦਾਰ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਵੱਡੀ ਇਨਫੋਰਮੇਸ਼ਨ ਹੈ ਜੋ ਇਸ ਵੀਡੀਓ 'ਚ ਲੈ ਕੇ ਆਏ ਹਾਂ। ਦੋਸਤੋ ਕੱਲ੍ਹ ਨੂੰ ਕੀ ਯਾਨੀ ਕਿ 30 ਸਪਤੰਬਰ ਨੂੰ ਜੋ ਕਿ ਗੋਨੇਆਣਾ ਪਿੰਡ ਵਿਖੇ ਇੱਕ ਅੰਮ੍ਰਿਤ ਮਾਨ ਜੀ ਵੱਲੋਂ ਧਰਨਾ ਲਗਵਾਇਆ ਜਾ ਰਿਹਾ ਜੋ ਕਿ ਕਿਸਾਨ ਏਕਤਾ ਦੇ ਹੱਕ ਵਿੱਚ ਹੈ। ਇਸ ਵਿੱਚ ਕਿ ਆਰਨੇਤ ਸਿੱਧੂ ਮੂਸੇਵਾਲਾ ਅੰਮ੍ਰਿਤ ਮਾਨ ਅਤੇ ਜਸ ਬਾਜਵਾ ਅਤੇ ਰਾਜਵੀਰ ਜਵੰਦਾ ਪਹੁੰਚ ਰਹੇ ਹਨ। ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਧਰਨੇ ਉੱਤੇ ਅਸੀਂ ਆਪਣਾ ਚੈਨਲ ਇਹ ਲਾਈਵ ਕਰ ਦਈਏ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ। ਦੋਸਤੋ ਪਰ ਸਿੱਧੂ ਮੂਸੇਵਾਲਾ ਦਾ ਹਜੇ ਕੋਈ ਕਨਫਰਮ ਨਹੀਂ ਹੈ ਕਿ ਉਹ ਇਸ ਧਰਨੇ ਉੱਤੇ ਆਵੇਗਾ ਜਾਂ ਨਹੀਂ, ਕਿਉਂਕਿ ਸਿੱਧੂ ਮੂਸੇਵਾਲੇ ਵੱਲੋਂ ਇਹ ਕੋਈ ਸਟੋਰੀ ਨਹੀਂ ਪਾਈ ਗਈ। ਪਰ ਇਹ ਪਤਾ ਚੱਲਿਆ ਹੈ ਕਿ ਗੋਨੇਆਣਾ ਪਿੰਡ ਵਿਖੇ ਧਰਨਾ ਜੋ ਉਲੀਕਿਆ ਗਿਆ ਹੈਗਾ ਅੰਮ੍ਰਿਤ ਮਾਨ ਵੱਲੋਂ। ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਚੈਨਲ ਨੂੰ ਲਾਈਵ ਕਰੀਏ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ, ਜਾਂ ਫਿਰ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਚੈਨਲ ਨੂੰ ਲਾਈਵ ਕਰੋ ਗੋਨੇਆਣਾ ਪਿੰਡ ਤੋਂ। ਬਾਕੀ ਰਹੀ ਗੱਲ ਸਿੱਧੂ ਮੂਸੇਵਾਲੇ ਦੀ ਧਰਨੇ 'ਤੇ ਪੁੱਜਣ ਦੀ, ਦੋਸਤੋ ਸਿੱਧੂ ਮੂਸੇਵਾਲਾ ਲੱਗਦਾ 99% ਆਵੇਗਾ, ਕਿਉਂਕਿ ਸਿੱਧੂ ਮੂਸੇਵਾਲਾ ਅੰਮ੍ਰਿਤ ਮਾਨ ਦਾ ਦੋਸਤ ਹੈ।